ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਚ ਹਿੱਸਾ ਲਿਆ। ਇਸ ਮੌਕੇ ਤੇ ਮਨਪ੍ਰੀਤ ਬਾਦਲ ਨੇ ਉਮੀਦ ਜਤਾਈ ਕਿ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲਣ ਦੇ ਵਚਨ ਤੋਂ ਪਿੱਛੇ ਨਹੀਂ ਹਟੇਗਾ। ਹਾਲਾਂਕਿ ਉਨ੍ਹਾਂ ਨੇ ਖਦਸ਼ਾ ਵੀ ਜ਼ਾਹਰ ਕੀਤਾ ਕਿ ਕਿਤੇ ਦੋਹਾਂ ਮੁਲਕਾਂ ਦੀ ਆਪਸੀ ਖਿੱਚੋਤਾਣ ਦਾ ਅਸਰ ਕਰਤਾਰਪੁਰ ਲਾਂਘੇ ਤੇ ਨਾ ਪੈ ਜਾਵੇ। ਪਾਕਿਸਤਾਨ ਦੇ ਜਿਹੜੇ ਫੋਰਨ ਮਿਨਿਸਟਰ ਹੈ ਉਹਨਾਂ ਦਾ ਕੱਲ ਸ਼ਾਇਦ ਬਿਆਨ ਆਇਆ ਸੀ ਕਿ ਅਸੀਂ ਸਾਡੀ ਜਿਹੜੀ ਕਮਿਟਮੈਂਟ ਹੈ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ, ਅਸੀਂ ਉਸ ਕਮਿਟਮੈਂਟ 'ਤੇ ਖਰੇ ਉਤਰਾਂਗੇ। ਕਿਤੇ ਇਹ ਨਾ ਹੋਵੇ ਕਿ ਦੋ ਮੁਲਕਾਂ ਦੀ ਕਸ਼ੀਦਗੀ ਦੇ ਵਿੱਚ ਇਹ ਲਾਂਘਾ ਜਿਹੜਾ ਹੈ ਇਹ ਮੁਤਾਸਿਰ ਹੋ ਜਾਵੇ ਜਾਂ ਇਹ ਨਾ ਖੁੱਲ੍ਹ ਸਕੇ। ਬਹਰਹਾਲ ਪਾਕਿਸਤਾਨ ਨੇ ਇਸ ਗੱਲ ਦਾ ਯਕੀਨ ਦਵਾਇਆ ਔਰ ਮੈਨੂੰ ਵੀ ਕੋਈ ਸ਼ੱਕ ਨਹੀਂ ਹੈ ਕਿ ਉਹ ਨਾ ਖੋਲ੍ਹਣਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ ਕੈਪਟਨ ਸਰਕਾਰ ਦੇ ਮੰਤਰੀਆਂ ਦਾ ਇੱਕ ਵਫਦ ਵੀ ਪਾਕਿਸਤਾਨ ਜਾਵੇਗਾ, ਜਿਸ ਦੀ ਤਸਦੀਕ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੀ ਕਰ ਰਹੇ ਨੇ। ਉਨ੍ਹਾਂ ਸੁਨੇਹਾ ਦਿੱਤਾ ਕਿ ਭਾਰਤ ਦੀ ਅਮਨ ਦੀ ਇੱਛਾ ਨੂੰ ਗੁਆਂਢੀ ਕਮਜ਼ੋਰੀ ਸਮਝਣ ਦੀ ਗਲਤੀ ਨਾ ਕਰੇ। ਉਹਨਾਂ 'ਚ ਨਾਂ ਕਿਹੜੇ ਕਿਹੜੇ ਹੈ ਸ਼ਾਇਦ ਮੈਨੂੰ ਉਹਦਾ ਗਿਆਨ ਨਹੀਂ ਹੈ, ਹਾਂ ਪਰ ਬਹਰਹਾਲ ਇਹ ਜੇ ਜਾਣਗੇ ਤਾਂ ਹਿੰਦੁਸਤਾਨ ਤੋਂ ਪਾਕਿਸਤਾਨ ਨੂੰ ਤਾਂ ਜਿਹਨੂੰ ਕਹਿੰਦੇ ਖੈਰ ਸਗਾਲੀ ਦਾ ਹੀ ਸੁਨੇਹਾ ਲੈ ਕੇ ਜਾਣਗੇ, ਪਿਆਰ ਅਤੇ ਭਾਈਚਾਰੇ ਦਾ ਸੁਨੇਹਾ ਲੈ ਕੇ ਜਾਣਗੇ। ਔਰ ਕਈ ਵਾਰੀ ਇਹ ਜਿਹੜਾ ਸਾਡੀ ਅਮਨ ਦੀ ਲਾਲਸਾ ਹੈ, ਕਈ ਵਾਰੀ ਲੋਕ ਇਹਨੂੰ ਸਾਡੀ ਕਮਜ਼ੋਰੀ ਸਮਝ ਲੈਂਦੇ ਆ, ਇਹ ਕਮਜ਼ੋਰੀ ਨਹੀਂ ਸਮਝਣੀ ਚਾਹੀਦੀ। ਨਵੰਬਰ ਮਹੀਨੇ 'ਚ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ ਵਿਸ਼ਾਲ ਕੁਮਾਂਤਰੀ ਸਮਾਗਮ ਕਰਵਾਇਆ ਜਾਣਾ ਹੈ। ਇਸ ਮੌਕੇ ਤੇ ਸਿੱਖ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਨਤਮਸਤਕ ਹੋਣ ਜਾ ਸਕਣ। ਇਸੇ ਮਕਸਦ ਨਾਲ ਭਾਰਤ ਦੇ ਡੇਰਾ ਬਾਬਾ ਨਾਨਕ ਅਤੇ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦਰਮਿਆਨ ਲਾਂਘੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਬਠਿੰਡਾ ਤੋਂ ਗੋਬਿੰਦ ਸੈਣੀ ਦੇ ਨਾਲ ਬਿਊਰੋ ਰਿਪੋਰਟ, ਜ਼ੀ ਮੀਡੀਆ।